ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਵਗਾਰਾ ਮੇਰੇ ਖਲ ਠੀਕ ਹੀ ਆ ਰਹੀ ਹੁਣੀ ਆ ਦੱਸ ਦਿਓ ਮੇਰੇ ਵੀਰ ਅੱਜ ਲਗਭਗ 39 ਦੇਣੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੰਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆਂ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਵੀ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਵਿਵਾਦ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਖਨੌਰੀ ਦੇ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਆ ਠੀਕ ਆ ਵੀ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾਂ ਪੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਹਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆਂ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜੜੀ ਆ ਸਰਕਾਰ ਨੂੰ ਦਿਖਾ ਸਕੀਏ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵੀ ਵਾਅਦ ਤੋਂ ਵਾਅਦ ਗਿੰਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਅ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਣਾ 23 ਮਾਰਚ ਉਹਦੋਂ ਛੁੱਟੀ ਵੀ ਹੈਗੀ ਆ ਤਾਂ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਰਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆ ਸੀ ਆਪਣੇ ਸ਼ਹੀਦਾਂ ਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਰਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇੰਦਿਤਿਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਵੀ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਹੈ ਬਾਕੀ ਵੀ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਾਨੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲ ਲਗਭਗ ਬਾਵਾ ਹੀ ਖੜੀਆਂ ਵਾਂ ਵੀ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋੜ ਹੁੰਦੀ ਆ ਪਰ ਭਗਵੰਤਮਾਨ ਸਰਕਾਰ ਜਿਵੇਂ ਕੇਂਦਰ ਕੋ ਡਰੀ ਹੋਈ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੜੀ ਗੱਲ ਤੋਂ ਇਹਨਾਂ ਨੂੰ ਡਰ ਸੀਗਾ ਵੀ ਅਸੀਂ ਜੜਾ ਵਾ ਆਪਣਾ ਪਾਰਟੀ ਪ੍ਰਧਾਨ ਕੇਜਰੀਵਾਲ ਜੀ ਉਹਨੂੰ ਬਚਾ ਲਈਏ ਉਹ ਨਹੀਂ ਬਚ ਸਕੇ ਕੱਲ ED ਵੱਲੋਂ ਫੇਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ED ਦੇ ਦਫਤਰ ਲੈ ਗਿਆ ਹੁਣ ਗਾਂ ਕੀ ਹੁੰਦਾ ਉਹਨਾਂ ਨੂੰ ਗਾਂ ਜੇਲ੍ਹ ਖੜਿਆ ਜਾਂਦਾ ਨਹੀਂ ਖੜਿਆ ਜਾਂਦਾ ਇਹ ਆਉਣ ਵਾਲੇ ਸਮੇਂ ਦਾ ਬਚਾ ਤੋਂ ਜੇ ਗੜਸੀ ਪਾਰਟੀ ਹੁੰਦੀ ਗੜਸੀ ਮੁੱਖ ਮੰਤਰੀ ਹੁੰਦੇ ਤਾਂ ਡਟ ਕੇ ਵਰਬਲੀ ਤਾਂ ਕਹਿ ਹੀ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਪਰ ਮਤਲਬ ਉਹਨਾਂ ਨੂੰ ਲੱਗਦਾ ਵੀ ਹੁਣ ਜੇ ਬਿਜਲੀ ਦੇ ਪ੍ਰਬੰਧ ਕਰਤੇ ਮੈਨੂੰ ਲੱਗਦਾ ਗੜਸੀਆ ਮੁੱਖ ਮੰਤਰੀ ਕਹੇ ਪਾਰਟੀ ਸਪਸ਼ਟ ਕਰੇ ਵੀ ਅਸੀਂ ਬਿਜਲੀ ਪਾਣੀ ਸੁਰੱਖਿਆ ਹਰ ਤਰ੍ਹਾਂ ਦਾ ਪ੍ਰਬੰਧ ਕਿਸਾਨ ਅੰਦੋਲਨ ਨੂੰ ਕਰਕੇ ਦਾਂਗੇ ਜੇ ਕੋ ੜਕਾ ਬਣੂਗਾ ਇਲੈਕਸ਼ਨ ਕਮਿਸ਼ਨ ਆਪੇ ਦੇਖ ਲਾਂਗੇ ਜੇ ਕੋ ਆਲੋਚਨਾ ਕਰੂਗਾ ਤਾਂ ਦੇਖ ਲਾਂਗੇ ਜਿਹਦੇ ਕਰਕੇ ਡਰ ਕੇ ਇਹ ਚੀਜ਼ਾਂ ਤੇ ਨਹੀਂ ਖੁੱਲ ਕੇ ਬੋਲ ਸਕੇ ਧੋਗਲੀ ਜੀ ਪੋਜੀਸ਼ਨ ਰੱਖੀ ਕਿਸਾਨਾਂ ਨਾਲ ਵੀ ਆ ਸਰਕਾਰ ਨਾਲ ਵੀ ਆ ਉਹ ਕੰਮ ਅਗਲਿਆਂ ਨੇ ਕਰ ਦਿੱਤਾ ਭਾਵੇਂ ਹੁਣ ਦੇਖੋ ਇਹ ਜਾਂਚ ਦਾ ਵਿਸ਼ਾ ਵਾ ਪਰ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਅਰੇ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਾਨਾ ਦੇਸ਼ ਦੀ ਵਿਰੋਧੀ ਧਰਾਂ ਪਾਵੇਂ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਕਿ ਕਾਂਗਰਸ ਆ ਭਾਜਪਾ ਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਜਾਂ ਸੀਪੀਆਈ ਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਹੁਣ ਤਾਂ ਸੀਪੀਆਈ ਸੀਪੀਆਈ ਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ ਪਾਸ਼ਪਾ ਨੂੰ ਵੀ ਹੈਗੇ ਆ ਪਾਸ਼ਪਾ ਦਾ ਜਿਆਦਾ ਕਟਟਰ ਸਟਾਈਲ ਆ ਉਹ ਇੱਕ ਫਾਸੀਵਾਦੀ ਸੋਚ ਵਾਲੀ ਪਾਰਟੀ ਹੈਗੀ ਆ ਉਹ ਦਲਤਾਂ ਪ੍ਰਤੀ ਅੱਡ ਨਫ਼ਰਤ ਰੱਖਦੀ ਹੈਗੀ ਆ ਕੱਟ ਗਿੰਦੀਆਂ ਪ੍ਰਤੀ ਅੱਡ ਨਫ਼ਰਤ ਰੱਖਦੀ ਹੈ ਇਸ ਕਰਕੇ ਥੋੜਾ ਵੱਖਰਾ ਦੇਖ ਸਕਦੇ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਐਸ ਵਾਲੇ ਪੋਲਿਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪਦੇ ਜੋਰ ਨਾਲ ਤੋੜੀਆਂ ਇਹ ਚ ਕੋਈ ਰੌਲਾ ਨਹੀਂ ਹੈਗਾ ਜਨਤਾ ਦਲ ਤੇ ਟੈਕ ਕਰਦੀ ਰਹੀ ਹੁਣ ਮੋਦੀ ਸਰਕਾਰ ਵੀ ਇਹੀ ਕੁਝ ਕਰ ਰਹੀ ਹੈਗੀ ਪੂਰੇ ਜੋਰ ਨਾਲ ਮੋਦੀ ਸਰਕਾਰ ਵੀ ਆਪਦੇ ਵਿਰੋਧੀਆਂ ਨੂੰ ਈਡੀ ਦੇ ਜੋਰ ਨਾਲ ਸੀਬੀਆਈ ਦੇ ਜੋਰ ਨਾਲ ਪੂਰੀ ਤਰ੍ਹਾਂ ਦਬਾ ਰਹੀ ਹੈ ਚਕੋ ਰੋਲਾ ਦੀ ਹੈਗਾ ਕੋਈ ਵੀ ਦੋਸ਼ੀ ਹੋਵੇ ਨੂੰ ਬਖਸ਼ਣਾ ਨਹੀਂ ਚਾਹੀਦਾ ਔਰ ਜੇ ਕਹੇ ਇਹ ਵੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਇਹ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਆ ਸਾਡਾ ਪੱਤਰਕਾਰੀ ਦਾ ਇਹ ਵੀ ਲਗਭਗ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ ਵਾ ਜਣੀ মিডিਆ ਤੇ ਗਲਬਾਉ ਦਾ ਰੌਲਾ ਹੀ ਨਹੀਂ ਪਿਆ ਲੋਕਾਂ ਤੱਕ ਮੈਸੇਜ ਹੀ ਕਨਵੇ ਨਹੀਂ ਹੋਇਆ ਜਿਹੜੇ ਲੇਖਕ ਆ ਬੁੱਧੀਜੀਵੀ ਉਹ ਵੀ ਬੋਲੇ ਨੇ ਪਰ ਬਹੁਤ ਥੋੜੇ ਬੋਲੇ ਨੇ ਵੱਡਾ ਹਿੱਸਾ ਤਾਂ ਉਹਨਾਂ ਨਾਲ ਹੀ ਲਾ ਲਿਆ ਇਸ ਕਰਕੇ ਕਹਿੰਨੇ ਵੀ ਡਰਿਆ ਹੋਇਆ ਪੱਤਰਕਾਰ ਤੇ ਡਰੀਆਂ ਹੋਈਆਂ ਵਿਰੋਧੀ ਧਿਰਾਂ ਇਹ ਬਹੁਤ ਨੁਕਸਾਨ ਕਰਦੀਆਂ ਵੰਦੇਸ਼ ਵਾਸਤੇ ਸੋ ਕੱਲੇ ਕਿਸਾਨ ਮਜ਼ਦੂਰੀ ਮੋਦੀ ਸਰਕਾਰ ਤੇ ਇਸ ਵੇਲੇ ਕੇਂਦਰ ਨਾਲ ਅੱਖਾਂ ਚੱਖਾ ਪਾ ਕੇ ਖੜੇ ਹੈਗੇ ਸੋ ਇਸ ਕਰਕੇ ਇਹੜਾ ਮਸਲਾ ਸੀ ਇਲੈਕਸ਼ਨ ਕਮਿਸ਼ਨ ਵਾਲਾ ਪਹਿਲੂ ਸੁਪਰੀਮ ਕੋਰਟ ਦਾ ਨੇ ਉਹਨੂੰ ਸਪਾਰਸ਼ ਉਹਦੇ ਨਾਂ ਦੀ ਕਰਨੀ ਹੁੰਦੀ ਸੀ ਪ੍ਰਧਾਨ ਮੰਤਰੀ ਜੀ ਦੀ ਵਿਰੋਧੀ ਧਿਰ ਦੀ ਵੋਟ ਹੁੰਦੀ ਸੀ ਇਹ ਸੀ ਅਗਲੇ ਆਨੇ ਸੁਪਰੀਮ ਕੋਰਟ ਹੀ ਕੱਢ ਕੇ ਬਾਹਰ ਮਾਰਿਆ ਵੀ ਹੁਣ ਜੀ ਇੱਕ ਤਾਂ ਪ੍ਰਧਾਨ ਮੰਤਰੀ ਦੀ ਵੋਟ ਹੋਊ ਇੱਕ ਵਿਰੋਧੀ ਧਿਰ ਦੀ ਹੋਊ ਇੱਕ ਸਾਡਾ ਜੀ ਕੇਨ ਕਾਨੂੰਨ ਮੰਤਰੀ ਦੀ ਵੋਟ ਹੋ ਦੋ ਕੇਂਦਰ ਦੀਆਂ ਹੋ ਗਈਆਂ ਤੋਂ ਜੜੇ ਬੰਦਿਆਂ ਨੂੰ ਆਪਣੀ ਥਾਪੀ ਦੇ ਕੇ ਉਹ ਬੰਦੇ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਆਏ ਨੇ ਠੀਕ ਆ ਉਹ ਵੀ ਉਹਨਾਂ ਦੀ ਪਗਾਊਗਾ ਅਸੀਂ ਦੇਖ ਹੀ ਰਹੇ ਪੂਰੇ ਦੇਸ਼ ਦੇ ਵਿੱਚ ਚੋਣ ਕਮਿਸ਼ਨ ਨਹੀਂ ਪਿਛਲੇ ਬੰਨੇ ਭਾਵੇਂ ਹੁਣ ਚੋਣ ਕੋਡ ਲੱਗ ਗਿਆ ਪਰ ਫੈਸਲੇ ਫਿਰ ਵੀ ਪਾਸ ਪਾ ਦੇ ਇਸ਼ਾਰਿਆਂ ਤੇ ਹੋ ਰਹੇ ਨੇ ਜੋ ਸਾਨੂੰ ਨਜ਼ਰ ਆ ਰਿਹਾ ਇਸ ਕਰਕੇ ਪੰਜਾਬ ਸਰਕਾਰ ਦੀ ਹੋਣੀ ਜ਼ਰਤ ਪੈਂਦੀ ਵੀ ਉਹ ਚਿੱਠੀ ਕਰ ਦੇਨ ਮੁੱਖ ਮੰਤਰੀ ਪੰਜਾਬ ਪਾਵਰ ਕਾਮ ਨੂੰ ਕਿ ਕਿਸਾਨਾਂ ਨੂੰ ਬਿਜਲੀ ਪਾਣੀ ਤੇ ਜਿਹੜੀ ਸੁਰੱਖਿਆ ਵਾ ਇਹ ਪਹਿਲ ਦੇ ਆਧਾਰ ਤੇ ਦਿੱਤੀ ਉਵੇਂ ਕਿਸਾਨਾਂ ਦੇ ਨਾਲ ਆ ਜੀ 2 ਵਜੇ ਤੱਕ ਮੁੱਖ ਮੰਤਰੀ ਬੰਦਾ ਹੈਗਾ ਤੋ ਡਰਿਆ ਹੋਇਆ ਮੈਂ ਕਹਾਂ ਜੇ ਗੜਸੀ ਮੁੱਖ ਮੰਤਰੀ ਹੁੰਦਾ ਜੇ ਡਟ ਕੇ ਸਟੈਂਡ ਲਿਆ ਹੋਣਾ ਤਾਂ ਇਹੋ ਕੁਸ ਸੀਗਾ ਸਪਸ਼ਟ ਹੈ ਹੁੰਦਾ ਇੱਕ ਬੰਦੇ ਤੇ ਲੱਗਦਾ ਉਹ ਜਿਹੜਾ ਦੋਵੇਂ ਪਾਸੇ ਹੁੰਦਾ ਨਾ ਦੋਵੇਂ ਮਤਲਬ ਇੱਧਰ ਵੀ ਹੱਥ ਰੱਖਣਾ ਉੱਧਰ ਵੀ ਰੱਖਣਾ ਉਹ ਤਰਦਾ ਨਹੀਂ ਹੁੰਦਾ ਹੈਗਾ ਇਹ ਦੋਵੇਂ ਪਾਸੇ ਵਾਲੇ ਮਰਦੇ ਤੋ ਤੁਹਾਡਾ ਬੰਦਾ ਗ੍ਰਿਫਤਾਰ ਤੋ ਇਸ ਕਰਕੇ ਜਿਹੜੀ ਕੇਂਦਰ ਸਰਕਾਰ ਕਰ ਰਹੀ ਆ ਸੀ ਉਹਦੇ ਉਹਦੇ ਹੱਕ 'ਚ ਨਹੀਂ ਹੈਗੀ ਪਰ ਇਸ ਕਰਕੇ ਸੋ ਇਸ ਕਰਕੇ ਜੇ ਕੋ ਦੋਸ਼ੀ ਆਗਾ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਤੋਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਰਕਾਰ ਸਹੀ ਢੰਗ ਨਾਲ ਆਪਣੇ ਫੈਸਲੇ ਨਹੀਂ ਲੈ ਪੈ ਰਹੇ। ਹੁਣ ਵੀ ਆਮ ਆਦਮੀ ਪਾਰਟੀ ਸਟੈਂਡ ਸਪਸ਼ਟ ਕਰ ਦਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਿਜਲੀ ਲੈਣ ਵਾਸਤੇ ਦੋਵੇਂ ਫਾਰਮ ਵਿਚਾਰ ਕਰਨਗੇ ਵੱਡਾ ਐਕਸ਼ਨ ਕਰਾਂਗੇ। ਵੇਖੋ ਕਿਦਾਂ ਕੱਢਦੇ ਇਹਨਾਂ ਨੂੰ ਇਹ ਵੀ ਨੰਗੇ ਕਰਾਂਗੇ। ਆਮ ਆਦਮੀ ਵਾਲੇ ਵੀ ਹੈ ਕਿੰਨਾ ਦੇ ਨਾਲ ਆ। ਠੀਕ ਆ ਫਿਰ ਦੇਖਾਂਗੇ। ਲਕਸ਼ਣ ਕਮਿਸ਼ਨ ਕਿਹੜੀ ਬਲਾਵ ਆ ਕਿਵੇਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਦਾ ਹੈਗਾ ਸਾਰਾ ਕੁਝ ਦੇਖਾਂਗੇ ਜਦੋਂ ਬੈਠੇ ਹੈਗੇ ਮੈਦਾਨ ਦੇ ਵਿੱਚ ਠੀਕ ਹੈ ਜੀ ਬਿਜਲੀ ਪਾਣੀ ਸੁਰੱਖਿਆ ਦੀ ਸਹੂਲਤ ਜਿੱਥੇ ਵੀ ਅੰਦੋਲਨਕਾਰੀ ਬੰਦੇ ਉਹਨਾਂ ਨੂੰ ਹੁੰਦੀ ਹੁੰਦੀ ਆ ਇਹ ਦੇਖਾਂਗੇ ਕਿਹੜਾ ਰੋਕਦਾ ਹੈਗਾ ਕਿੰਨੇ ਕੁ ਅਸੀ ਅਸੀਂ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੇ ਵੀ ਅਸੀਂ 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 ਕਿਸੇ ਦੇ ਦਬਾਅ 'ਚ ਆ ਕੇ ਗੱਲ ਕਰਾਂਗੇ ਜਾਂ ਕਿਸੇ ਸੈਂਟਰ ਕੋਲੋਂ ਡਰਦੇ ਹੈਗੇ ਆ ਤੋ ਅੱਖਾਂ ਚੱਖਾਂ ਪਾ ਕੇ ਦੇਸ਼ ਦਾ ਕਿਸਾਨ ਮਜ਼ਦੂਰ ਖੜਾ ਵਾ ਇੱਕ ਵਾਹਿਦ ਤੇ ਰਹਾ ਜਿਹੜੀ ਸੈਂਟਰ ਨਾਲ ਸਿੱਧਾ ਲੋਹਾ ਲੈ ਰਿਹਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਅੱਜ ਪੀਐਸੀਬੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਔਰ ਮੋਦੀ ਜੀ ਠੀਕ ਹੈ ਤੁਸੀਂ ਟਿਕਟ ਦੇ ਦਿੱਤੀ ਅਜੇ ਮਿਸ਼ਰਾ ਟੈਣੀ ਨੂੰ ਇਹ ਫਾਈਲ ਲਾਉਣਾ ਵਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋ ਕਦੀ ਦਾਦੇ ਦੀਆਂ ਕਦੀ ਪੁੱਤੇ ਦੀਆਂ ਐ ਹੀ ਹੁੰਦੀਆਂ ਹੁੰਦੀਆਂ ਵਾਰੀਆਂ ਕੋਈ ਫਰਕ ਨਹੀਂ ਪੈਂਦਾ ਹੈਗਾ ਕੋਈ ਨਹੀਂ ਲਖੀਮਪੁਰ ਖੀਰੀ ਕਤਲ ਕਾਂਡ ਦਾ ਤੁਹਾਡੇ ਕੋ ਇਨਸਾਫ ਲੈਣਗੇ ਦੇਸ਼ ਦੇ 140 ਕਰੋੜ ਲੋਕ ਲੋਕਾਂ ਤੋਂ ਵੱਡੀ ਸਰਕਾਰ ਤੁਹਾਡੀ ਨਹੀਂ ਹੈਗੀ ਸਾਫ਼ ਕਹਿਣਾ ਜਾਖੜ ਜੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਹੜੇ ਤੁਸੀਂ ਹੱਥ ਰੰਗ ਲਿਆ ਨਾ ਸਾਡੇ ਕਿਸਾਨਾਂ ਦੇ ਲਹੂ ਨਾਲ ਇਹ ਨਹੀਂ ਜਿੱਤਣਾ ਹੈਗਾ ਔਰ ਤੁਸੀਂ ਅੱਜ ਤੱਕ ਤੁਹਾਡਾ ਜਦੋਂ ਤੁਸੀਂ ਕਾਂਗਰਸ ਨਾਲ ਸੀਗੇ ਤੁਹਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਬਹੁਤ ਵਧੀਆ ਲੱਗਦਾ ਕਿ ਇਹ ਦੇਣਾ ਚਾਹੀਦਾ ਹੁਣ ਤੁਹਾਨੂੰ ਭਾਜਪਾ ਜਾ ਕੇ ਲੱਗਦਾ ਵੀ ਨੁਸਕਾਨ ਹੋ ਜੂ ਇਹਦਾ ਤੁਹਾਡਾ ਖੁਦ ਵੀ ਪਤਾ ਨਹੀਂ ਲੱਗਦਾ ਤੁਸੀਂ ਕੀ ਕਰ ਰਹੇ ਤੋ ਇਸ ਕਰਕੇ ਜੜੀਆਂ ਪਾਰਟੀਆਂ ਆਰਐਸਐਸ ਨੂੰ ਭਾਜਪਾ ਨੂੰ ਭਰਾਉ ਪੰਜਾਬ ਦੇ ਵਿੱਚ ਜੜਾ ਲਵਾਉਣੀਆਂ ਚਾਹੁੰਦੀਆਂ ਉਹ ਪੰਜਾਬ ਦਾ ਵजूद ਖਤਮ ਕਰਨਾ ਚਾਹੁੰਦੇ ਆਪਣੇ ਵਾਸਤੇ ਜਿਹੜੇ ਅੱਜ ਕਿਸੇ ਵੀ ਵਿਰੋਧੀ ਧਿਰ ਨਾਲ ਮੇਡੂਨੀ ਮੈਂ ਫੇਰ ਕਹਿਣਾ ਜੇ ਕੋ ਜੇ ਕੋ ਭ੍ਰਸ਼ਟਾਚਾਰ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਆ ਡਟ ਕੇ ਕਰਨ ਸੈਂਟਰ ਹਾਂ ਨਹੀਂ ਲੈਂਦੇ ਕਲਾ ਭ੍ਰਸ਼ਟਾਚਾਰ ਇੱਕ ਬੰਨੇ ਕੋ ਬਠੇਰੇ ਇੱਥੇ ਹੈ ਕਿਹੜਾ ਬੰਨ ਜਿਹੜਾ ਭ੍ਰਸ਼ਟਾਚਾਰ ਚਲੇਪਤ ਨਹੀਂ ਹੈਗਾ ਜਿਹੜੀ ਨਿਤਿਸ਼ ਕੁਮਾਰ ਜੀ ਇਹਨਾਂ ਨਾਲ ਆਗੇ ਕੱਲ ਤੱਕ ਤਾਂ ਭ੍ਰਸ਼ਟ ਸੀਗੇ ਅੱਜ ਉਹ ਚੰਗੇ ਹੋ ਗਏ ਜਿਹੋ ਨਾਲ ਚਲੇ ਗਏ ਤਾਂ ਬਹੁਤ ਸਾਰਾ ਕੁਝ ਹੈਗਾ ਜਿਹੜੇ ਅੱਜ ਚਿੜਗਲੀਆਂ ਸੈਂਟਰ ਦੇ ਹੱਕ ਚ ਮਾਰ ਰਹੇ ਨੇ ਜਦੋਂ ਉਹਨਾਂ ਦੀ ਧੌਂ ਤੇ ਗੋਡਾ ਰੱਖਿਆ ਕੱਲ ਨੂੰ ਉਹਨਾਂ ਚੀਕਾਂ ਵੀ ਮਾਰਨੀਆਂ ਇਹ ਸਾਨੂੰ ਪਤਾ ਵਾ ਸੋ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬੋਲੋ ਜਿਹੜੀ ਆਰਐਸਐਸ ਗੁਰਦੁਆਰਿਆਂ ਤੇ ਕਬਜ਼ਾ ਕਰਾਉਣਾ ਚਾਹੁੰਦੀ ਆ ਜਿਹੜੀ ਆਰਐਸਐਸ ਘੱਟ ਗਿਣਤੀਆਂ ਦੇ ਵਿਰੋਧੀ ਹੈਗੀ ਆ ਜਿਹੜੀ ਆਰਐਸਐਸ ਦਲਤਾਂ ਦੇ ਵਿਰੋਧੀ ਹੈਗੀ ਆ ਜਿਹੜੀ ਆਰਐਸਐਸ ਚਾਹੁੰਦੀ ਜਿਹੜੀ ਕਹਿੰਦੀ ਆ ਵੀ ਸਿੱਖ ਵਾਲਾਂ ਵਾਲੇ ਹਿੰਦੂ ਆ ਇਹ ਦੇਖ ਲੈਣ ਜਿਹੜੇ ਬੰਦੇ ਉਹਦੇ ਨਾਲ ਗਠਜੋੜ ਕਰਨਗੇ ਜਿਹੜੇ ਬੰਦੇ ਉਹਨੂੰ ਪੰਜਾਬ ਦੀ ਸੱਥਾਂ ਦੇ ਵਿੱਚ ਲੈ ਕੇ ਆਉਣਗੇ ਪੰਜਾਬੀ ਕਦੀ ਨਹੀਂ ਬਖਸ਼ਣਗੇ ਸਾਡੀ ਕੋਈ ਗੱਲ ਨਹੀਂ ਇਹ ਇਹ ਪੰਜਾਬ ਵਾਲੇ ਕਦੀ ਨਹੀਂ ਬਖਸ਼ਣਗੇ ਉਹਨਾਂ ਨੂੰ ਔਰ ਮੈਂ ਇੱਥੋਂ ਤੱਕ ਕਹਿਣਾ ਚਾਹੁੰਦਾ ਪਿਆਮ ਲੋਕ ਤਾਂ ਹੁੰਦੇ ਨੇ ਜਿਹੜੀ ਇਹ ਪਰਸੈਪਸ਼ਨ ਬਣਾਈ ਜਾ ਰਹੀ ਆ ਕਿ ਕਾਲੀ ਦਲ ਦਾ ਵਰਕਰ ਬਹੁਤ ਖੋਸਾ ਜੀ ਪਛਪਾਦੇ ਗਠਜੋੜ ਨਾਲ ਜੜਿਆ ਤਾਂ ਸਿੱਖੀ ਸਿਧਾਂਤ ਨਾਲ ਜੁੜਿਆ ਜਿਹਦੇ ਅੰਦਰ ਪੰਜਾਬੀਏ ਤੇ ਕਿਦਾਂ ਖੁਸ਼ ਹੋ ਜੂਗਾ ਸੱਤਾ ਸਭ ਕੋਈ ਥੋੜੀ ਹੁੰਦੀ ਆ ਸੱਤਾ ਤਾਂ ਹੁੰਦੀ ਜਾਂਦੀ ਰਹਿੰਦੀ ਆ ਤੁਸੀਂ ਤੁਹਾਡਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੋਈ ਤੁਹਾਡੇ ਵਿੱਚ ਆ ਕੇ ਤੁਹਾਨੂੰ ਗਲਚ ਲੈ ਕੇ ਘੁੱਟ ਕੇ ਗਾਲਾ ਘੁੱਟ ਕੇ ਮਾਰ ਦੇਵੇ ਇਹ ਕਦੀ ਨਹੀਂ ਕੋ ਬਰਦਾਸ਼ਤ ਕਰੂਗਾ ਸੋ ਇਸ ਕਰਕੇ ਅੱਗੇ ਅਗਲਿਆਂ ਨੇ ਮਰਜ਼ੀ ਕਰਨੀ ਹੈਗੀ ਆ ਕਿ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਹੈਗਾ ਪਰ ਸਾਡਾ ਸਪਸ਼ਟ ਹੈਗਾ ਵੀ ਜਿਹੜੀ ਆਮ ਆਦਮੀ ਪਾਰਟੀ ਜੜੇ ਡਰ ਦੇ ਵਿੱਚੋਂ ਉਹਨਾਂ ਨੇ ਕਿਸਾਨ ਅੰਦੋਲਨ ਪ੍ਰਤੀ ਦੋਗਲਾ ਚਿਹਰਾ ਦਿਖਾਲਿਆ ਉਹ ਜੜੀ ਉਹਨਾਂ ਨੂੰ ਡਰ ਸੀ ਉਹ ਤੇ ਹੋ ਗਿਆ ਬਾਈ ਬੰਦਾ ਤੇ ਫੜ ਕੇ ਅਗਲੇ ਨੰਦਰ ਦੇ ਦਿੱਤਾ ਤਾਂ ਹੁਣ ਜੇ ਬਿਜਲੀ ਪਾਣੀ ਦਾ ਪ੍ਰਬੰਧ ਦੋਹਾਂ ਬਾਰਡਰਾਂ ਤੇ ਨਾ ਹੋਇਆ ਤਾਂ ਅਸੀਂ ਦੇਖਾਂਗੇ ਲਕਸ਼ਨ ਕਮਿਸ਼ਨ ਰੋਕਦਾ ਸਾਨੂੰ ਆ ਮਾਮਾ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਡੱਕਦਾ ਫਿਰ ਲਵਾਂਗੇ ਨਹੀਂ ਤਾਂ ਹਜੇ ਵੀ ਟਾਈਮ ਹੈਗਾ ਦੋਵੇਂ ਫੋਰ ਰਹਿ ਕਰਨਗੇ ਉਹ ਫੈਸਲਾ ਕਰਕੇ ਦੋਹਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਹਦੇ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕੱਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੂੰਜਣਾ ਹੈਗਾ ਵਾ ਔਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਕੋਈ ਵਿਰੋਧੀ ਤੇ ਡਰ ਸਕਦੀ ਆ ਕਿਸਾਨ ਮਜ਼ਦੂਰ ਨਹੀਂ ਮੋਦੀ ਜੀ ਤੁਹਾਡੇ ਕੋ ਡਰਨ ਵਾਲੇ ਆ ਵੇਖਿਓ ਇਹ ਸਮਾਂ ਆਊਗਾ ਹਰ ਚੀਜ਼ ਦਾ ਇੱਕ ਇੱਕ ਚੀਜ਼ ਦਾ ਹਿਸਾਬ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੁਹਾਡੇ ਕੋ ਲੈਣਗੇ ਮੰਗਾ ਵੀ ਮਨਵਾਉਣਗੇ ਚੰਗਾ ਹੋਊਗਾ ਸਹੀ ਰਸਤੇ ਤੇ ਤੁਰੋ ਜਿਹੜੇ ਜ਼ਬਰ ਵਾਲਾ ਰਾਹ ਤੁਸੀਂ ਅਪਣਾਇਆ ਉਹਨੂੰ ਖਤਮ ਕਰੋ ਹੁੰਦਾ ਬਾਈ ਲਕਸ਼ਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਪਕਰਨ ਦੀ ਯਾਦ ਦੇ ਵਿੱਚ ਅ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ